ਐਸਾ ਹੈ ਕਿ ਇਹ ਸਮਝ ਆਉਂਦੀ ਸੀ ਪਰ ਮੈਂ ਉਹਦਾ ਧਿਆਨ ਨਹੀਂ ਸੀ ਦਿੰਦਾ ਹੁੰਦਾ ਬੈਠਦੇ ਸੀ ਕਿ ਗੱਲਾਂ ਕਰਦੇ ਸੀ ਮੈਂ ਫਿਰ ਉਸ ਵੇਲੇ ਧਿਆਨ ਮੇਰਾ ਜਿਹੜਾ ਜਾਂ ਤਾਂ ਗੁਰੂ ਗੋਬਿੰਦ ਸਿੰਘ ਵੱਲ ਹੋ ਜਾਂਦਾ ਸੀ ਜਾਂ ਗੁਰੂ ਨਾਨਕ ਦੇਵ ਜੀ ਵੱਲ ਹੁੰਦਾ ਸੀ ਜਾਂ ਕੋਈ ਮੈਂ ਅੰਦਰ ਮੂਲ ਮੰਤਰ ਦਾ ਵਾਹਿਗੁਰੂ ਦਾ ਜਾਪ ਕਰਦਾ ਸੀ ਉਹਨਾਂ ਨੂੰ ਦੱਸਦਾ ਨਹੀਂ ਸੀ ਉਹ ਬੈਠਣਾ ਸੀ ਉਹਨਾਂ ਦੇ ਵਿੱਚ ਹਾਂਜੀ ਉਹਨਾਂ 'ਚ ਬੈਠ ਕੇ ਬਿਲਕੁਲ ਉਹਨਾਂ ਦੀਆਂ ਗੱਪਾਂ ਵੀ ਸੁਣਦੇ ਸਭ ਕੁਝ ਪਰ ਮੇਰਾ ਮਨ ਨਹੀਂ ਸੀ ਉਹਦੇ 'ਚ ਭੱਜਦਾ ਮੇਰਾ ਮਨ ਇਹ ਮੈਨੂੰ ਪਤਾ ਸੀ ਵੀ ਇਹ ਠੀਕ ਨਹੀਂ ਇਹ ਕੰਪਨੀ ਠੀਕ ਨਹੀਂ ਉਸ ਉਸ ਕਰਕੇ ਉਹਦੇ 'ਚ ਕਈ ਦਫ਼ਾ ਆਫਿਸਰ ਵੀ ਹੁੰਦੇ ਸੀ ਕਈ ਦੋ ਸਪੀਰੀ ਵੀ ਹੁੰਦੇ ਸੀ ਉਹਨਾਂ ਦੀ ਇਹੋ ਜਿਹੀ ਗੱਲਾਂ ਉਹ ਸੁਣੋ ਕਿਹਨੂੰ ਕਹਿੰਦੇ ਨੇ ਮੈਂ ਮੇਰੇ 'ਤੇ ਕਿਉਂ ਨਹੀਂ ਸੀ ਫੈਕਟ ਰਿਹਾ ਕਿਉਂਕਿ ਮੈਨੂੰ ਸ਼ੁਰੂ ਦੇ ਵਿੱਚ ਇੱਕ ਚੰਗੀ ਕੰਪਨੀ ਮਿਲ ਗਈ ਕਿਤੇ ਮੇਰੀ ਮਾਂ ਨੇ ਮੈਨੂੰ ਦੱਸਤਾ ਛੋਟੀ ਚਾਹ ਕੇ ਤੂੰ ਉੱਪਰ ਲਾ ਦੀਆਂ ਛੋਟੇ ਸਾਹਿਬਜ਼ਾਦੀਆਂ ਖਤਾ ਕੇ ਉਹਦੇ ਨਾਲ ਮੈਨੂੰ ਪ੍ਰੇਮ ਲੱਗ ਗਿਆ ਫਿਰ ਮੇਰਾ ਬਾਪ ਬੜਾ ਕਿਉਂ ਕਹਿੰਦਾ ਮੈਂ ਦਰਬਾਰ ਸਾਹਿਬ ਦੀ ਵੀ ਰੋਜ਼ ਸੁਣਦੇ ਹੁੰਦੇ ਸੀ ਮੇਰੀ ਮਾਤਾ ਵੀ ਪਾਠ ਕਰਦੇ ਹੁੰਦੇ ਸੀ ਫਿਰ ਗੀਤਾ ਮੇਰੇ ਬਾਪ ਨੇ ਪੜ੍ਹੀ ਔਰ ਉਦੋਂ ਤੋਂ ਮੈਨੂੰ ਛੋਟੇ ਹੁੰਦਿਆਂ ਗੀਤਾ ਦਾ ਮੈਨੂੰ ਪਤਾ ਲੱਗ ਗਿਆ ਹੈ ਗੀਤਾ ਕੀ ਆ ਜੇ ਗੀਤਾ ਦੇ ਵਿੱਚ ਜਿਹਦਾ ਜਿਸਟ ਜਿਹੜਾ ਉਹਦਾ ਗੀਤਾ ਦਾ ਇਹ ਹੋਈ ਆ ਕਰਮਾਂ ਯੋਗਾ ਕਰਮ ਕਰਤ ਹੋਵੇ ਨੇ ਕਰਮ ਇਸ ਮੈਂ ਸਰੋ ਕਾ ਨਿਰਮਲਤਾ ਕਾਹੂ ਫਲ ਕੀ ਇੱਛਾ ਨੇ ਵਸੇ ਕੇਵਲ ਭਗਤ ਕੀ ਦੱਸਦਾ ਐਸਾ ਹੈ ਕਿ ਤੁਹਾਡੀ ਜਦੋਂ ਥੋੜ੍ਹੀ ਜਿਹੀ ਵਿਲ ਪਾਵਰ ਸਟਰੋਂਗ ਹੋ ਜਾਂਦੀ ਹੈ ਨਾ ਤੇ ਤੁਹਾਨੂੰ ਫਿਰ ਬੈਡ ਕੰਪਨੀ ਦਾ ਕੋਈ ਅਸਰ ਨਹੀਂ ਹੁੰਦਾ ਗੁੱਡ ਕੰਪਨੀ ਦੇ ਵਿੱਚ ਤੁਸੀਂ ਐਡੀਸ਼ਨ ਕਰ ਦਿਓ ਆਪਣਾ ਹੋਰ ਪਰਸੀਵ ਕਰ ਦਿਓ ਔਰ ਤੁਸੀਂ ਕੰਟਰੀਬਿਊਟ ਵੀ ਕਰ ਦਿਓ ਕੋਈ ਐਸਾ ਡਾਊਟ ਹੋਏ ਆਪਣੇ ਨਿਕਲਦਾ ਉਸ ਗੁੱਡ ਕੰਪਨੀ ਬੈਡ ਕੰਪਨੀ ਜਿਹੜੀ ਆ ਉਹ ਨੈਚੁਰਲੀ ਆ ਨੈਗੇਟਿਵ ਇਫੈਕਟ ਕਰ ਤੁਸੀਂ ਬੈਡ ਕੰਪਨੀ ਜਿਹੜੇ ਤੁਹਾਡਾ ਮਨ ਅੰਦਰੋਂ ਜਿਹੜਾ ਨਾ ਕੁਦਰਤ ਤੁਹਾਡੇ ਅੰਦਰ ਆ ਆਤਮ ਦੇ ਉਹ ਤੁਹਾਨੂੰ ਟੁੱਟਦਾ ਵੀ ਇਹ ਮਾੜੀ ਗੱਲ ਹੈ ਉਹ ਜ਼ਰੂਰ ਕਰਦਾ ਆ ਮਗਰ ਅਗਰ ਤੁਹਾਡਾ ਮਾਇੰਡ ਸਟਰੋਂਗ ਆ ਬੈਡ ਕੰਪਨੀ ਵਾਸਤੇ ਜਾਂ ਵਰਲਡੀ ਪਲੀਅਰ ਵਾਸਤੇ ਫਿਰ ਤੁਸੀਂ ਉਸ ਆਵਾਜ਼ ਨੂੰ ਬਰੱਸ਼ ਸਾਈਡ ਕਰ ਦਿੰਦੇ ਹੋ ਪਹਿਲੇ ਤਾਂ ਬੜੀ ਸਟਰੋਂਗ ਆਵਾਜ਼ ਆਉਂਦੀ ਆ ਉਹ ਠੀਕ ਨਹੀਂ ਤੁਹਾਡਾ ਜਿਉਂ 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 ਤੁਸੀਂ ਬਰੱਸ਼ ਕਰਦੇ ਜਾਂਦੇ ਉਹ ਡਿਮ ਹੁੰਦੀ ਨੈਗੇਟਿਵ ਫੋਰਸਿਸ ਪ੍ਰਵੇਲ ਕਰ ਜਾਂਦੇ ਨੇ ਉਹ ਫਿਰ ਆਤਮ ਦੇਵ ਉੱਤੇ ਉਹ ਕਾਮ ਕੋਲੋ ਮਾਰਦੇ ਨੇ ਲਹਿਰਾ ਆ ਕੇ ਉਹਦੀ ਫਿਰ ਬੈਡ ਕੰਪਨੀ ਚਾਹੀਦੇ ਵੱਜਦੇ ਹੋ ਤੁਸੀਂ ਰੱਬ ਨੂੰ ਹੀ ਭੁੱਲ ਜਾਂਦੇ ਹੋ ਪਰਮਾਤਮਾ ਵੀ ਉਹ ਤੁਸੀਂ ਕਹਿੰਦੇ ਮੈਂ ਹੀ ਹਾਂ ਹੁਣ ਜਿਹੜੇ ਬੜੇ ਬੜੇ ਤਰਾੜ ਨੇ ਜਿਹੜਾ ਅਮੀਰ ਆਦਮੀ ਨੇ ਮਾਇਆ ਉਹਨਾਂ ਦਾ ਗੁਰੂ ਆ ਜਿਹੜੇ ਪਾਵਰਫੁੱਲ ਨੇ ਉਹਨਾਂ ਦਾ ਜਿਹੜਾ ਆ ਜਿਹੜੀ ਪਾਵਰ ਆ ਪਰ ਉਸਦਾ ਕੋਈ ਪੋਲੀਟੀਕਲੀ ਪਾਵਰਫੁੱਲ ਆ ਜਾਂ ਕੋਈ ਪ੍ਰੈਜੀਡੈਂਟ ਆ ਜਾਂ ਕੋਈ ਹੋਰ ਆ ਪ੍ਰਾਈਮ ਮਿਨਿਸਟਰ ਦੂਸਰਾ ਦੂਸਰਾ ਉਹ ਪਾਵਰ ਇਜ਼ ਦੇਅਰ ਗਾਡ ਹੁਣ ਉਹ ਹੀ ਉਹਨਾਂ ਦਾ ਗੁਰੂ ਆ ਮਤਲਬ ਇਹ ਮਨ ਦੀ ਅਵਸਥਾ ਜਿਹੜੀ ਆ ਉਹ ਤੁਹਾਡੇ ਪ੍ਰਵੇਲ ਕਰ ਦਿੰਦੀ ਹੈ ਉਹ ਫਿਰ ਤੁਹਾਨੂੰ ਗੁੱਡ ਚੀਜ਼ਾਂ ਜਿਹੜੀਆਂ ਜਿਹੜੇ ਅੰਦਰੋਂ ਡਿਵਾਈਨ ਵਿਜ਼ਡਮ ਜਿਹੜੀ ਆ ਉਹ ਨਹੀਂ ਜਾਣਦੀ ਉਹ ਉੱਥੇ ਇੱਕ ਪਰਦਾ ਪਾ ਦਿੰਦੀਆਂ ਨੇ ਜਿੱਦਾਂ ਆਦਿ ਮਾਇਆ ਪਾਵਰ ਇਹ ਦੋ ਚੀਜ਼ਾਂ ਬਹੁਤ